हेलो स्टूडेंट्स वेलकम टू माय यूट्यूब चैनल आज हम क्लास एट्थ पंजाबी का सैंपल पेपर सोल्व करने जा रहे हैं तो शुरू करते हैं सबसे पहले हमारे पास है पैराग्राफ हमें पैरे को रीड करके उसमें से क्वेश्चंस के आंसर देने हैं जो ये पैराग्राफ है ये हमारा ध्यानचंद के से रिलेटेड है तो सबसे पहले पैराग्राफ को रीड करते हैं कुछ गल् ध्यानचंद की खेड की विखलनता बारे भी हैं यह जान के थानू हैरानी होगी कि वह ਸੈਂਟਰ ਫਾਰਵਰਡ ਖੇលਦੇ ਹੋਇਆ ਵੀ ਜਿਆਦਾ ਤੇਜ਼ ਤਰਾਰ ਤੇ ਬਿਜਲੀ ਵਰਗੀ ਰਫ਼ਤਾਰ ਵਾਲਾ ਨਹੀਂ ਸੀ ਜਿਵੇਂ ਕਿ ਬਲਵੀਰ ਸਿੰਘ ਹਰਵਿੰਦਰ ਸਿੰਘ ਸੁਰਿੰਦਰ ਸਿੰਘ ਸੋਢੀ ਅਤੇ ਤਨਰਾਜ ਸਿੰਘ ਪਿੱਲੇ ਆਦਿ ਖਿਡਾਰੀ ਸਨ ਇਸ ਇਸ ਦੇ ਉਲਟ ਉਸ ਦੇ ਖੇਡ ਵਿੱਚ ਜੋਸ਼ ਨਾਲ ਹੋਸ਼ ਵਧੇਰੇ ਸੀ ਅਤੇ ਟੀਮ ਆਪਨ ਵੀ ਸੀ ਜਿਆਦਾ देर ਗੇਂਦ ਨਾਲ ਚਿਮਟਣ ਵਾਲਿਆਂ ਨੂੰ ਉਹ ਨਕਾਰਦਾ ਸੀ ਅਤੇ ਇਸ ਨੂੰ ਟੀਮ ਲਈ ਘਾਟਕ ਸਮਝਦਾ ਸੀ ਉਸਨੇ ਆਪਣੇ ਸ਼ਬਦਾਂ ਵਿੱਚ ਪਾਸ ਦੇਣਾ ਹੀ ਸਭ ਤੋਂ ਵਧੀਆ ਸ਼ਕਾਨੀ ਹੈ 1963 ਤੋਂ 1964 ਵਿੱਚ ਉਹ ਐਨ ਆਈ ਐਸ ਪਟਿਆਲਾ ਵਿਕੇ ਹਾਈ ਦਾ ਮੁੱਖ ਕੋਚ ਸੀ ਸਾਵਲਾ ਰੰਗ ਦੇ ਦਰਮਿਆਨਾ ਕੱਦ ਸਿਰ ਦੇ ਵਾਲ ਬਿਨਾ ਚੀਰ ਪਿੱਛੇ ਨੂੰ ਵਾਏ ਹੋਏ ਚਿੱਟੀ ਟੀ-ਸ਼ਰਟ ਤੇ ਕਾਲੇ ਨਿੱਕਰ ਪਾਈ ਉਹ ਗਰਾਊਂਡ ਵਿੱਚ ਬਾਹਰ ਬੈਠਾ ਗੂੜੀ ਹਿੰਦੁਸਤਾਨੀ ਇਹ ਵਿੱਚ ਖਿਡਾਰੀਆਂ ਨੂੰ ਸਮਝਾਉਣ ਦਾ ਤਾੜ ਦਾ ਝਾੜਦਾ ਤੇ ਇਹ ਵਰਜ ਦਾ ਖਿਡਾਰੀ ਉਸ ਮੁਸਤਕਾਰ ਨਾਲ ਦਾਦਾ ਆਖਦੇ ਇਹ ਜਿਸ ਦਾ ਗਲਾ ਵਿੱਚ ਅਰਥ ਹੁੰਦਾ ਹੈ ਵੱਡਾ ਭਰਾ सब तो ये पैराग्राफ था इसके साथ रिलेटेड क्वेश्चन है सबसे पहला क्वेश्चन है हमारा ध्यानचंद कि स्थान तो खेलता से तो ध्यानचंद जड़ा है सेंटर स्टाफ सेंटर फॉरवर्ड तो खेलता स ਇਿੱਥੇ ਆਨਸਰ ਹੈ ਦਾ ਧਿਆਨ ਚੰਦ ਸੈਂਟਰ ਫਾਰਵਰਡ ਤੋਂ ਖੇਲਦਾ ਸੀ ਸੈਕਿੰਡ ਕੁਸਚਨ ਹੈ ہمارے پاس ਕਿਹੜਾ ਖਿਡਾਰੀ ਤੇਜ਼ ਤਰਾਰ ਤੇ بجلی ਵਰਗੀ ਰਫਤਾਰ ਵਾਲਾ ਨਹੀਂ ਸੀ ਤਾਂ ਧਿਆਨ ਚੰਦ ਜਿਹੜਾ ਸੀਗਾ ਉਹ ਸਲੋ ਸੀਗਾ ਉਹ ਤੇਜ਼ ਤਰਾਰ ਰਫਤਾਰ ਵਾਲਾ ਨਹੀਂ ਸੀ ਤਾਂ ਇਹਦਾ ਆਨਸਰ ਹੋਊਗਾ ਧਿਆਨ ਚੰਦ ਧਿਆਨ ਚੰਦ ਅਨੁਸਾਰ ਸਭ ਤੋਂ ਵਧੀਆ ਸ਼ਿਕਾਨੀ ਕੀ ਹੈ ਉਹ ਉਹਨਾਂ ਨੂੰ ਪਾਸ ਦੇਣਾ ਸਭ ਤੋਂ ਵਧੀਆ ਲੱਗਦਾ ਸੀ ਗੇਂਦ ਨੂੰ ਚਿਮਟਣਾ ਉਹਨਾਂ ਨੂੰ ਪਸੰਦ ਨਹੀਂ ਸੀ ਤਾਂ ਪਾਸ ਦੇਣਾ ਸਭ ਤੋਂ ਵਧੀਆ ਸਮਝਦੇ ਸੀ ਤਾਂ ਪਾਸ ਦੇਣਾ ਇਹਦਾ ਆਨਸਰ ਹੋਵੇਗਾ ਤੰਦਰਦਾ ਕੱਦ ਕਿਹੋ ਜਿਹਾ ਸੀਗਾ ਤਾਂ ਧਿਆਨचंद ਦਾ ਕੱਦ ਜਿਹੜਾ ਸੀਗਾ ਦਰਮਿਆਨਾ ਸੀਗਾ ਇੱਥੇ ਪੈਰਾਗ੍ਰਾਫ ਵਿੱਚ ਲਿਖਿਆ ਸਾਵਲਾ ਰੰਗ ਦਰਮਿਆਨਾ ਕੱਦ ਤਾਂ ਧਿਆਨचंद ਦਾ ਜਿਹੜਾ ਕੱਦ ਸੀਗਾ ਦਰਮਿਆਨਾ ਸੀਗਾ ਧਿਆਨचंद ਕਿਹੜੀ ਬੋਲੀ ਵਿੱਚ ਖਿਡਾਰੀਆਂ ਨੂੰ ਸਮਝਾਉਂਦਾ ਸੀ ਤਾਂ ਉਹ ਉਹ ਹਿੰਦੂ ਗੁੜੀ ਹਿੰਦੁਸਤਾਨੀ ਲੈਂਗੁਏਜ ਵਿੱਚ ਜਿਹੜੀ ਹੈ ਉਹ ਖਿਡਾਰੀਆਂ ਨੂੰ ਸਮਝਾਉਂਦਾ ਸੀ ਨੈਕਸਟ ਫੇਰ ਆਪਣੇ ਕੋਲ ਇੱਕ ਪੈਨਾਗ੍ਰਾਫ ਹੈ ਭਾਰਤ ਦੀ ਤਰੱਕੀ ਵਾਸਤੇ ਸਮਾਜ ਦੇ ਹਰ ਪਰਾਨੀ ਵਿੱਚ ਵਿਗਿਆਨਿਕ ਸੋਚ ਦਾ ਹੋਣਾ ਬਹੁਤ ਜ਼ਰੂਰੀ ਹੈ ਇਸ ਦਿਸ਼ਾ ਵਿੱਚ ਲੋਕਾਂ ਦੇ ਗਿਆਨ ਵਿੱਚ ਵਾਧਾ ਕਰਨ ਲਈ ਜਲੰਧਰ ਕਪੂਰ ਕਪੂਰ ਖਾਸ ਸੜਕ ਤੇ ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ ਸੰਜੇ ਤੌਰ ਤੇ 72 ਏਕੜ ਜ਼ਮੀਨ ਵਿੱਚ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਇਹ ਬਣਾਇਆ ਗਿਆ ਹੈ ਸਾਇੰਸ ਸਿਟੀ ਦਾ ਨੀਂਹ ਪੱਥਰ ਸਾਬਕਾ ਪ੍ਰਧਾਨ ਮੰਤਰੀ ਸ਼੍ਰੀ ਇੰਦਰ ਇੰਦਰ ਕੁਮਾਰ ਗੁਲਜਾਰ ਵੱਲੋਂ 17 17 ਅਕਤੂਬਰ 1997 ਇਸ ਵਿੱਚ ਰੱਖਿਆ ਗਿਆ ਸੀ ਇਸ ਉਪਰਾਲੇ ਦਾ ਮੰਤਵ ਦੇਸ਼ ਦੇ ਨੌਜਵਾਨ ਪੀੜ੍ਹੀ ਨੂੰ ਵਿਗਿਆਨ ਦੇ ਸਿਧਾਂਤਾਂ ਨੂੰ ਮਨੋਰੰਜਕ ਤਰੀਕੇ ਨਾਲ ਸਮਝਾ ਨਾਲ ਜਾਗਰੂਕ ਕਰਨਾ ਸੀ 19 ਮਾਰਚ 2005 ਈਸਵੀ ਨੂੰ ਇਸ ਨੂੰ ਆਮ ਲੋਕਾਂ ਲਈ ਖੋਲ ਦਿੱਤਾ ਗਿਆ ਸਾਇੰਸ ਸਿਟੀ ਦਾ ਨਾਮ ਸਬਕਾ ਪ੍ਰਦਾਨ ਮੰਤਰੀ ਸ਼੍ਰੀ ਇੰਦਰ ਕੁਮਾਰ ਗੁਲਜਾਰ ਜੀ ਦੀ ਮਾਤਾ ਸ਼੍ਰੀਮਤੀ ਪੁਸ਼ਪਾ ਗੁਲਜਾਰ ਅਧਿਨਾਤੇ ਰੱਖਿਆ ਗਿਆ ਹੈ तो क्वेश्चनस की है पुष्पा गुजार साइंस सिटी कितने बनाई गई है तो यह जी है जलं जलंधर कपूरथला सड़क पर बनाई गई है तो यह आंसर होगा जलंधर कपूरथला सड़क पुष्पा गुजराल साइंस सिटी किन्नेकड़ बनी है तो बहत्तर एकड़ बनी है तो आंसर हो गया बहत्तर एकड़ जमीन सैंस सिटी का नींह पत्थर कदम रख्या गया कि नीँह पत्थर जरा सतारा अक्तूबर उन्नीस सौ सतानवे रख्या गया सतारा अक्टूबर उन्नीस सौ सतानवे का आंसर होगा ਸਾਇੰਸ ਸਿਟੀ ਨੂੰ ਲੋਕਾਂ ਲਈ ਕਦੋਂ ਖੋਲਿਆ ਗਿਆ ਸੀ ਤਾਂ ਇਹਨੂੰ 19 ਮਾਰਚ 2005 ਵਿੱਚ ਜਿਹੜਾ ਸੋਰੀ 19 ਮਾਰਚ 2005 ਇਸ ਵੀਚ ਆਮ ਲੋਕਾਂ ਲਈ ਖੋਲ ਖੋਲਿਆ ਗਿਆ ਸੀ 19 ਮਾਰਚ 2005 ਪੁਸ਼ਪਾ ਗੁਜਰਾਲ ਸ਼੍ਰੀ ਇੰਦਰ ਕੁਮਾਰ ਗੁਜਰਾਲ ਜੀ ਦੀ ਕੀ ਲੱਗਦੀ ਸੀ ਤਾਂ ਉਹਨਾਂ ਦੀ ਮਾਤਾ ਜੀ ਸੀਗੀ ਤਾਂ ਉਹਨਾਂ ਦੀ ਮਾਤਾ ਦੇ ਨਾਮ ਤੇ ਰੱਖਿਆ ਗਿਆ ਸੀ ਉਹਨਾਂ ਦੀ ਮਾਤਾ ਲਗਦੀ ਸੀ ਸਥਾਪਨੇ ਕੋਲੇ ਮੁਹਾਵਰੇ ਕੋਈ ਤਿੰਨ ਮੁਹਾਵਰੇ ਜਾਂ ਫਿਰ ਸ਼ਬਦਾਂ ਨੂੰ ਵਾਕਾਂ ਵਿੱਚ ਵਰਤਣਾ ਸਭ ਤੋਂ ਪਹਿਲਾਂ ਇੱਕ ਕਹਾਣੀ ਕਹਾਣੀ ਦਾ ਕੁਝ ਵੀ ਬਣਾਇਆ ਜਾ ਸਕਦਾ ਹੈ ਅੱਜ ਮੈਂ ਇੱਕ ਬਹੁਤ ਸੋਹਣੀ ਕਹਾਣੀ ਬੜੀ ਅੱਜ ਮੈਂ ਇੱਕ ਅੱਜ ਮੇਰੀ ਨਾਨੀ ਜੀ ਨੇ ਜਾਂ ਮੇਰੀ ਦਾਦੀ ਜੀ ਨੇ ਮੈਨੂੰ ਇੱਕ ਬਹੁਤ ਸੋਹਣੀ ਕਹਾਣੀ ਸੁਣਾਈ एक कहानी है। तो आप बहुत सारिया जो मुहावरे उन्होंने वाक बना सकते हैं उस तो बाद जल थल जल थल हूँ चारों पास से ही पानी होना बरसात करके चार पासे जल थल ही हो गया है उस तो बाद सिरजना सृजना का मतलब हों रचना करनी कोई चीज बनानी सारा संसार परमात्मा की सरजना है सारा जो संसार है वह परमात्मा ने ही बनाया है तो परमात्मा की सरजना है नैक्सट है ਅਚਵੀ ਲਗਨੀ ਅਚਵੀ ਲਗਨੀ ਦਾ ਮਤਲਬ ਹੁੰਦਾ ਬੇਚੈਨੀ ਹੋਣਾ ਘਬਰਾਟ ਹੋਣੀ ਗੱਗੂ ਨੂੰ ਕਰਨਾ ਦੇਖ ਕੇ ਲੇਖਕ ਹਨ ਨੂੰ ਇਹ ਜਾਣਨ ਦੀ ਅਚਵੀ ਲੱਗ ਗਈ ਕਿ ਉਹ ਕਿੱਥੇ ਗਿਆ ਹੈ ਜਦੋਂ ਲੇਖਕ ਨੇ ਗੱਗੂ ਨੂੰ ਕਰੇ ਨਹੀਂ ਦੇਖਿਆ ਤਾਂ ਉਹਦੇ ਮਨ ਦੇ ਵਿੱਚ ਬੇਚੈਨੀ ਹੋਗੀ ਉਹ ਇਹ ਜਾਨਣਾ ਚਾਹੁੰਦਾ ਸੀ ਕਿ ਗੱਗੂ ਜੇ ਕਰੇ ਨਹੀਂ ਹੈਗਾ ਤਾਂ ਕਿੱਥੇ ਗਿਆ ਅਚਵੀ ਲਗਨੀ ਦਾ ਮਤਲਬ ਹੁੰਦਾ ਬੇਚੈਨੀ ਹੋਣਾ ਕਿਸੇ ਚੀਜ਼ ਲਈ ਜਿਆਸਾ ਪੈਦਾ ਹੋ ਜਾਣਾ ਉਸ ਤੋਂ ਬਾਅਦ ਆਪਣਾ ਨੈਕਸਸ ਸਦਕੇ ਜਾਣਾ ਸਦਕੇ ਜਾਣਾ ਦਾ ਮਤਲਬ ਹੁੰਦਾ ਕੁਰਬਾਨ ਹੋ ਜਾਣਾ ਮਾਵਾਂ ਆਪਣੇ ਬੱਚੇ ਤਾਂ ਸਦਕੇ ਜਾਂਦੀਆਂ ਹਨ ਨੈਕਸਟ ਹੈ ਪੈਰਾ ਹਿੱਠਾ ਦੀ ਜ਼ਮੀਨ ਪੈਰਾ ਹਿੱਠਾ ਅੱਗ ਮਚਾ ਦੇਣੀ ਇੱਕ ਪੈਰਾ ਹਿੱਠਾ ਅੱਗ ਮਚਾ ਦੇਣੀ ਦਾ ਮਤਲਬ ਹੁੰਦਾ ਕੋਈ ਕੰਮ ਬਹੁਤ ਕਾਲੀ-ਕਾਲੀ ਨਾਲ ਕਰਨਾ ਬਹੁਤ ਜ਼ਿਆਦਾ ਕਾਲੀ ਹੋ ਜਾਣਾ ਕਿਸੇ ਕੰਮ ਨੂੰ ਕਰਨ ਲਈ ਜਦੋਂ ਲੇਖਕ ਨੇ ਗੁੱਗੂ ਦੇ ਕੰਨ ਵਿੱਚ ਕਿਹਾ ਕਿ ਚੱਲ ਗੁੱਗੂ ਤਾਂ ਗੁੱਗੂ ਨੇ ਪੈਰਾ ਹਿੱਟ ਆਗ ਹੀ ਅੱਗ ਹੀ ਮਚਾ ਦਿੱਤੀ ਤਾਂ ਨਾਲ ਉਹਨੂੰ ਕਾਲੀ ਪੈ ਗਈ ਸੀ ਜਾਣਦੀ ਨੈਕਸਟ ਆਪਰੇਸ਼ਨ ਉੱਤਰ ਆਪਣੇ ਕੋਲੇ ਸਾਡਾ ਰਾਸ਼ਟਰੀ ਗਾਨ ਕਿਹੜਾ ਹੈ ਤੇ ਇਸ ਦਾ ਲੇਖਕ ਕੌਣ ਹੈ ਤਾਂ ਸਾਡਾ ਜਿਹੜਾ ਰਾਸ਼ਟਰੀ ਗਾਨ ਹੈ ਉਹ ਜਨ ਗਨ ਮਨ ਹੈ ਤੇ ਦਾ ਜਿਹੜਾ ਲੇਖਕ ਹੈ ਉਹ ਰਵਿੰਦਰਨਾਥ ਟੈਗੋਰ ਹੈ ਨੈਕਸਟ ਹੈ ਲੋਹੜੀ ਦਾ ਤਿਉਹਾਰ ਕਦੋਂ ਅਤੇ ਕਿਉਂ ਮਨਾਇਆ ਜਾਂਦਾ ਤਾਂ ਲੋਹੜੀ ਦਾ ਤਿਉਹਾਰ ਜਿਹੜਾ ਪੋਮਾ ਮਹੀਨੇ ਵਿੱਚ ਮਨਾਇਆ ਜਾਂਦਾ ਲੋਹੜੀ ਦਾ ਤਿਉਹਾਰ ਪੰਜਾਬ ਵਿੱਚ ਦੇਸੀ ਮਹੀਨੇ ਪੋ ਦੀ ਆਖਰੀ ਰਾਤ ਨੂੰ ਧਮ-ਧਮ ਨਾਲ ਮਨਾਇਆ ਜਾਂਦਾ ਹੈ ਇਹ ਤਿਉਹਾਰ ਧਰਤੀ ਉੱਪਰ ਆਏ ਨਵੇਂ ਜੀ ਪੁੱਤਰ ਦੀ ਖੁਸ਼ੀ ਨੂੰ ਸਮਾਜ ਨਾਲ ਸਾਂਝੀ ਕਰਨ ਲਈ ਮਨਾਇਆ ਜਾਂਦਾ ਹੈ ਅੱਜ ਕੱਲ ਸਮਾਜ ਵਿੱਚ ਅਗਾਹਾਂ ਵਦੂ ਸੋਚ ਰੱਖਣ ਵਾਲੇ ਲੋਕ ਪੁੱਤਰ ਹੋਵੇ ਜਾਂ ਧੀ ਹੋਵੇ ਦੋਵਾਂ ਦੀ ਹੀ ਲੋਹੜੀ ਮਨਾਉਂਦੇ ਹਨ ਨੈਕਸਟ ਕੁਐਸਚਨ ਹੈ ਲੋਹਾ ਨੂੰ ਲੇਖਕ ਨੂੰ 30 35 35 ਵਰੇ ਪਹਿਲਾਂ ਪੂਆ ਦੀ ਕਿਹੜੀਆਂ ਗੱਲਾਂ ਯਾਦ ਸਨ ਲੇਖਕ ਨੂੰ ਯਾਦ ਸੀ ਕਿ 30 35 ਵਰੇ ਪਹਿਲਾਂ ਆ ਪੂਆ ਕਿਸ ਤਰ੍ਹਾਂ ਉਸ ਨੂੰ ਨਿੱਕੀਆਂ ਹੁੰਦਿਆ ਉਂਗਲੀ ਇਹ ਲਾ ਕੇ ਪਿਆਰ ਪੁੱਛਕਾਰ ਕੇ ਸਕੂਲ ਛੱਡਣ ਜਾਂਦੀ ਸੀ ਤੇ ਅੱਧੀ ਛੁੱਟੀ ਵੇਲੇ ਉਸ ਲਈ ਮਲਾਈ ਵਾਲੇ ਦੁੱਧ ਦਾ ਕੋਲ ਲਿਆਇਆ ਕਰਦੀ ਸੀ ਤਾਂ ਲੇਖਕ ਨੂੰ ਯਾਦ ਸੀ ਕਿ ਜਦੋਂ ਛੋਟਾ ਸੀਗਾ ਤਾਂ ਉਹਦੀ ਪੂਆ ਜੜੀ ਉਹਨੂੰ ਉਂਗਲੀ ਪਕੜ ਕੇ ਸਕੂਲ ਛੱਡਣ ਜਾਂਦੀ ਹੁੰਦੀ ਸੀ ਤੇ ਛੁੱਟੀ ਦੇ ਟਾਈਮ ਉਹਦੇ ਲਈ दुध भी लैके आती सी नैक्सट है लेखक ने रब की पौड़ी किसान किया है यह कितने स्थित है लेखक ने रब की पौड़ी दुनिया की सब तो उच्ची इमारत एम्पायर स्टेट बिल्डिंग कहा है जो कि न्यूयॉर्क अमेरिका स्थित है तो लेखक ने जिड़ी रब की पौड़ी है एम्पायर स्टेट बिल्डिंग कहा जो कि न्यूयॉर्क अमेरिका है ਮੱਝ ਦਾ ਕੱਟਾ ਕਿਹੋ ਜਿਹਾ ਸੀ ਮੱਝ ਦਾ ਕੱਟਾ ਬਹੁਤ ਸੋਨਾ ਪੰਜ ਕਲਿਆਨਾ ਸੀ ਉਸ ਦਾ ਰੰਗ ਸ਼ਾ ਕਾਲਾ ਸੀ ਉਹ ਉਸ ਦਾ ਮੱਥਾ ਅਗੋਰਾ ਸੀ ਚਾਰੇ ਖੁਰ ਖੁਰ ਹੇਠੋ ਇੱਕ ਇੱਕ ਗਿੱਠ ਚਿੱਟੇ ਇਹ ਜਿਵੇਂ ਚ ਹੂਆ ਨਹੀਂ ਮਿਲ ਕੇ ਇਹ ਚਿੱਟਾ ਰੰਗ ਕੀਤਾ ਹੋਵੇ ਤੇ ਪੁੱਛ ਦਾ ਪਿਛਲਾ ਹਿੱਸਾ ਵੀ ਥੋੜਾ ਜਿਹਾ ਬੱਗਾ ਸੀ ਲਤਾ ਕਿੱਥੇ ਗਈ ਅਤੇ ਕਿਉਂ ਲਤਾ ਗਵਾਂਡੀਆਂ ਦੇ ਘਰ ਗਈ ਸੀ ਉਹ ਉੱਥੇ ਇਹ ਸਵਾਲ ਕੱਢਣ ਲਈ ਗਈ ਸੀ ਤੇ ਉਹ ਉੱਥੇ ਹੀ ਬੈਠ ਗਈ ਸੀ ਵਿਦਿਆ ਆਪਣੀ ਤੀ ਦੇ ਪਵਿੱਖ ਬਾਰੇ ਕੀ ਸੋਚਦੀ ਹੈ ਤੇ ਕਿਉਂ ਵਿਦਿਆ ਆਪਣੀ ਤੀ ਦੇ ਪਵਿੱਖ ਬਾਰੇ ਸੋਚਦੀ ਹੈ ਕਿ ਉਹ ਉਸ ਨੂੰ ਪੜਾ ਲਿਖਾ ਕੇ ਇੱਕ ਅਜੀਹੀ ਚੰਗੀ ਪੈਨ ਜੀ ਬਣਾਵੇਗੀ ਜਿਹੋ ਉਹ ਜਿਹੇ ਉਸ ਦੇ ਵੱਡੇ ਪੈਨ ਜੀ ਹੁੰਦੇ ਸਨ ਅਸਲ ਵਿੱਚ ਉਹ ਆਪ ਵੱਡੇ ਪੈਨ ਜੀ ਦੀ ਤਰ੍ਹਾਂ ਅਧਿਆਪਿਕਾ ਬੰਨਣਾ ਚਾਹੁੰਦੀ ਸੀ ਪਰ ਉਹ ਆਪ ਨਾ ਬਣ ਸਕੀ ਪਰੰਤੂ ਉਹ ਆਪਣੀ ਤੀਨੂ ਪੜਾ ਲਿਖਾ ਕੇ ਉਹਨਾਂ ਵਰਗੀ ਅਧਿਆਪਿਕਾ ਬਣਾਉਣ ਦੇ ਸੁਪਨੇ ਦੇਖਦੀ ਸੀ ਨੈਕਸਟ ਮੰਨਾ ਕਿਸ ਨੂੰ ਕਹਿੰਦੇ ਹਨ ਮੰਨਾ ਖੇਤ ਵਿੱਚ ਫਸਲ ਦੀ ਲੱਖ ਰੱਖ ਲਈ ਬਣਾਇਆ ਜਾਂਦਾ ਹੈ ਖੇਤ ਵਿੱਚ ਚਾਰ ਬੱਲੀਆਂ ਗੱਡ ਕੇ ਇਹਨਾਂ ਨਾਲ ਦੋ ਬਾਹਾਂ ਦੋ ਬਾਹੀਆਂ ਰस्सियां ਨਾਲ ਬੰਨ੍ਹ ਕੇ ਇਹ ਲਗਾਇਆ ਜਾਂਦਾ ਹੈ ਤੇ ਇਹਨਾਂ ਬਾਹਾਂ ਉੱਪਰ ਇੱਕ ਛੋਟਾ ਜਿਹਾ ਮੰਝਾ ਟੰਗ ਦਿੱਤਾ ਜਾਂਦਾ ਹੈ ਨੈਕਸਟ ਆਪਣੇ ਕੋਲੇ ਲੇਖ ਹੈ ਲੇਖ ਤੁਸੀਂ ਆਪੀ ਲਿਖ ਸਕਦੇ ਹੋ ਨੈਕਸਟ ਆਪਾਂ ਗ੍ਰਾਮਰ ਵਰਕ ਕਰ ਲੈਂਦੇ ਆਂ ग्रामर वर्क में पहला पांच विरोधी ने अपने को, को पबूत्र का मतलब विरोधी होगा सपुत्र उपरद हेठा धुप का छा काटे का वाधा असली का नकली फिका का मिठा बुरा का भला स्वर्ग का नरक ਅਸ਼ੁੱਧ ਸ਼ਬਦਾਂ ਨੂੰ ਸ਼ੁੱਧ ਕਰਕੇ ਲਿਖਣਾ ਤਾਂ ਤੁਸੀਂ ਦੇਖ ਸਕਦੇ ਇੱਥੇ ਲਿਖੇ ਹੋਏ ਨੇ ਠੀਕ ਕਹਿਣਾ ਨੂੰ ਕਹਿਣਾ ਸਿਹਤ ਸਿਹਤ ਹੁੰਦਾ ਮਾਇਆ 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 ਹੁੰਦੀ ਹੈ ਕਹਾਣੀ ਕਹਾਣੀ ਵਿੱਚ ਨਾਣਾ ਆਉਂਦਾ ਹੈ ਵਿਆਹ ਵਿਹਾ ਵਿਆਹ ਆ ਵਿਆਹ ਜਿਹੜਾ ਵਾਪੇ ਨਾਲ ਪੈਂਦਾ ਬੱਬੇ ਨਾਲ ਨਹੀਂ ਪੈਂਦਾ ਆ ਯਾੜਾ ਨਹੀਂ ਹੁੰਦਾ ਜਾੜਾ ਹੁੰਦਾ ਜੱਜੇ ਤੋਂ ਜਾੜਾ ਆ ਸ਼ਕਤੀ ਨਹੀਂ ਸ਼ਕਤੀ ਤੇ ਛੋਟੀ ਈ ਦੀ ਮਾਤਰਾ ਹੁੰਦੀ ਹੈ ਤੇ ਚੱਕਰ ਤਾਂ ਇਹਦੇ ਨਾਲ ਆਪਣਾ ਸੈਂਪਲ ਪੇਪਰ ਪੂਰਾ ਹੁੰਦਾ ਪੰਜਾਬੀ ਦਾ ਤੇ ਤੁਹਾਨੂੰ ਵੀਡੀਓ ਪਸੰਦ ਆਈ ਉਹ ਵੀ ਤੁਹਾਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਥੈਂਕਸ ਫॉर ਵਾਚਿੰਗ ਬਾਏ ਬਾਏ ਟੇਕ ਕੇਅਰ